ਜੀ ਰਾਤੀ ਵੀ ਇੱਦਾਂ ਹੀ ਹੋਇਆ, ਇੱਕਦਮ ਮੈਨੂੰ ਕਾਲ ਕਰਦੇ ਆ, ਮੈਨੂੰ ਕਹਿੰਦੇ ਆ ਕਿ ਮੈਂ ਜਿਹੜੀ ਵਿਧੀਪੁਰ ਵਾਲੀ ਫਾਟਕ ਨੇ, ਮੈਂ ਉਦੋਂ ਉਰੇ ਕਾਰ ਲਗਾ ਕੇ ਇਕੱਲੀ ਖੜ੍ਹੀ ਹਾਂ, ਪਰ ਮੈਂ ਜਿੰਨਾ ਜ਼ੋਰ ਲਾ ਸਕਦਾ ਸੀ ਭਾਅ ਜੀ ਮੈਨੇਜਮੈਂਟ ਕਰਕੇ ਇੱਥੋਂ ਤੱਕ ਮੈਂ ਲੈ ਕੇ ਆਇਆ। ਇਹ ਭਾਅ ਜੀ ਖੁਦ ਹੀ ਪਲੈਨ ਕਰਦੇ ਰਹਿੰਦੇ ਨੇ, ਕਦੀ ਸਿਕਿਉਰਿਟੀ ਦੇ ਮੁਤਾਬਕ ਲੈ ਕੇ, ਕਦੀ ਕਿਸੇ ਚੀਜ਼ ਦਾ। ਹੁਣ ਰਾਤੀ ਵੀ ਭਾਅ ਜੀ ਸਾਰਾ ਕੁਝ ਪ੍ਰੀ ਪਲੈਨ ਸੀ। ਜਦੋਂ ਮੈਂ ਵਿਧੀਪੁਰ ਪਹੁੰਚਦਾ ਹਾਂ, ਵਿਧੀਪੁਰ ਮੈਂ ਕੀ ਦੇਖਦਾ ਕਿ ਇਹ ਇਕੱਲੀ ਨਹੀਂ ਹੈ, ਇਹਦੀਆਂ ਦੋਨੋਂ ਫੋਰਚੂਨਰ ਗੱਡੀਆਂ ਖੜ੍ਹੀਆਂ ਨੇ। ਉਹ ਭਾਅ ਜੀ ਉੱਥੋਂ ਜਦੋਂ ਨਾ ਮੈਂ ਵਾਪਿਸ ਇੱਦਾਂ, ਉਹਨਾਂ ਨੇ ਮੇਰਾ ਕੜਾ ਜਦੋਂ ਇੱਦਾਂ ਖਿੱਚ ਲਿਆ ਆ ਅਤੇ ਸ਼ੀਸ਼ਾ ਅਜੇ ਥੋੜ੍ਹੇ ਡਾਊਨ, ਮੈਂ ਉੱਥੋਂ ਕਾਰ ਨਠਾਈ। ਫਿਰ ਉੱਥੋਂ ਜਿਹੜੀ ਉਸ ਡੰਪ ਤੋਂ ਲੋਕੇਸ਼ਨ ਚੱਕੀਆਂ ਜਾਣ, ਕਿਉਂਕਿ ਮੈਂ ਭਾਅ ਜੀ ਜੋਤੀ ਜੀ ਨੂੰ ਮਿਲਿਆ ਵੀ ਨਹੀਂ ਆ। ਚੈੱਕ ਕਰੋ ਜੋਤੀ ਜਿਹੜੇ ਜੋ ਝੂਠ ਬੋਲ ਰਹੀ ਆ ਕਿ ਮੈਂ ਆਪਣੇ ਹਸਬੈਂਡ ਨੂੰ ਕਾਲ ਕਰਕੇ ਬੁਲਾਇਆ, ਇਹ ਸਾਰੇ ਇਕੱਠੇ ਹੀ ਸੀ। ਨਾਲੇ ਉੱਥੋਂ ਚੈੱਕ ਕਰੋ ਕਿੰਨੇ ਬੰਦਿਆਂ ਦੀ ਲੋਕੇਸ਼ਨਸ ਆ ਰਹੀਆਂ ਨੇ। ਸੋਚਿਆ ਸੀ ਕਿ ਪਿਆਰ ਦੇ ਬਦਲੇ ਸਰੀਰ 'ਤੇ ਲਾਸ਼ਾਂ ਮਿਲਣਗੀਆਂ, ਉਹ ਭਾਅ ਜੀ ਵਧੀਆ ਹੋਇਆ, ਇਹੀ ਮਿਲਣੀਆਂ ਚਾਹੀਦੀਆਂ। ਕਿਉਂ ਅਕਲ ਹੀ ਫੇਰ ਆਉਂਦੀ ਭਾਈ ਸਾਡੇ ਵਰਗਿਆਂ ਨੂੰ? ਇਹਨਾਂ ਵਰਗੇ ਬੇਕਾਰ ਇਨਸਾਨਾਂ ਦੇ ਮਗਰ ਲੱਗ ਕੇ ਅਸੀਂ ਆਪਣੀਆਂ ਜ਼ਿੰਦਗੀਆਂ ਰੋਲ ਲਿੱਤੀਆਂ। ਮੈਂ ਤਾਂ ਹੋਰ ਸਾਰਿਆਂ ਨੂੰ ਵੀ ਰਿਕੁਐਸਟ ਕਰਦਾ ਕਿ ਭਰਾਵਾ ਇੱਦਾਂ ਦੇ ਜਿਹੜੇ ਸਿਰਫ ਅਲਫ ਮੂੰਹ ਦੇ ਵਿੱਚੋਂ ਚੰਗਾ ਬੋਲਦੇ ਹੋ, ਉਹਨਾਂ 'ਤੇ ਭਰੋਸਾ ਨਾ ਕਰਿਓ, ਪਹਿਲਾਂ ਦਿਲ ਦੇਖਿਓ ਉਹਨਾਂ ਦਾ। ਸਤਿ ਸ਼੍ਰੀ ਅਕਾਲ ਜੀ, ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ। ਸਰ ਭਾਅ ਜੀ ਹੋਰ ਤੁਸੀਂ ਠੀਕ ਹੋ? ਬਹੁਤ ਵਧੀਆ। ਕੁਨਾਲ ਕੀ ਹੋਇਆ ਰਾਤੀ, ਜਿਹੜਾ ਰਾਤੀ ਵਾਪਰਿਆ ਅਤੇ ਕੀ ਵਾਪਰਿਆ? ਰਾਤੀ ਭਾਅ ਜੀ ਇੱਦਾਂ ਆ ਕਿ ਹਰ ਬੰਦਾ ਆਪਣੀ ਫੈਮਿਲੀ ਨੂੰ ਪਿਆਰ ਕਰਦਾ ਨਾ, ਤਾਂ ਕੋਈ ਭਰੋਸੇ 'ਚ ਲੈ ਕੇ ਤੁਹਾਡੇ ਨਾਲ ਇੱਦਾਂ ਦੀ ਹਰਕਤ ਕਰੇ, ਔਰ ਮੈਂ ਬਹੁਤ ਭਰੋਸਾ ਕਰਦਾ ਭਾਈ। 2 ਸਾਲ ਹੋ ਗਏ ਮੈਨੂੰ ਸਾਰੇ ਹੀ ਗਾਲਾਂ ਕੱਢੀ ਜਾਂਦੇ ਮੇਰੇ ਰਿਲੇਟਿਵਸ ਵੀ ਕਿ ਇਹ ਅੱਜ ਵੀ ਨਹੀਂ ਹਟਦਾ, ਇਹ ਅੱਜ ਵੀ ਸੋਚਦਾ ਰਹਿੰਦਾ, ਉਹ ਜੋਤੀ ਬਾਰੇ ਹੀ ਸੋਚਦਾ, ਜੋਤੀ ਬਾਰੇ ਹੀ ਸੋਚਦਾ। ਤਾਂ ਭਾਅ ਜੀ ਰਾਤੀ ਵੀ ਇੱਦਾਂ ਹੀ ਹੋਇਆ, ਇੱਕਦਮ ਮੈਨੂੰ ਕਾਲ ਕਰਦੇ ਆ, ਮੈਨੂੰ ਕਹਿੰਦੇ ਆ ਕਿ ਮੈਂ ਜਿਹੜੀ ਵਿਧੀਪੁਰ ਵਾਲੀ ਫਾਟਕ ਨੇ, ਮੈਂ ਉਦੋਂ ਉਰੇ ਕਾਰ ਲਗਾ ਕੇ ਇਕੱਲੀ ਖੜ੍ਹੀ ਹਾਂ, ਕਿ ਮੈਂ ਪਰੇਸ਼ਾਨ ਹਾਂ, ਔਰ ਮੇਰੇ ਕੋਲ ਭਾਅ ਜੀ ਇੱਕ ਇੱਕ ਪਰੂਫ ਹੈ ਹਰ ਚੀਜ਼ ਦਾ ਕਿ ਮੈਨੂੰ ਕਿਹਨੇ ਕਾਲ ਕੀਤੀ ਔਰ ਕਿਹਨੇ ਬੁਲਾਇਆ। ਤਾਂ ਮੈਂ ਭਾਅ ਜੀ ਜਦ ਉੱਥੇ ਪਹੁੰਚਦਾ ਨਾ, ਤਾਂ ਵਿਧੀਪੁਰ ਤੋਂ ਪਹਿਲਾਂ ਹੀ ਆਪਾਂ ਇਹ ਗੱਲ ਕਲੀਅਰ ਕਰ ਲਈਏ ਕਿ ਕਿੰਨੇ ਵਜੇ ਤੁਹਾਨੂੰ ਕਾਲ ਆਈ ਅਤੇ ਕਾਲ ਦੇ ਵਿੱਚ ਕਿਹਾ ਕੀ ਗਿਆ? 10 ਤੋਂ 10:15 ਭਾਅ ਜੀ ਮੈਂ ਫਲੋਰ ਦਰਬਾਰ 'ਤੇ ਸੀ, ਆਪਣੇ ਰੈਗੂਲਰ ਦਰਬਾਰ 'ਤੇ ਹੀ ਹੁੰਦੇ, ਹੋਰ ਕਿਤੇ ਜਾਂਦੇ ਵੀ ਨਹੀਂ ਅਸੀਂ, ਅਤੇ ਦਰਬਾਰ 'ਤੇ ਸੀ। ਤਾਂ ਮੈਨੂੰ ਕਾਲ ਕਰਦੀ ਆ ਅਤੇ ਮੈਨੂੰ ਕਹਿੰਦੀ ਕਿੱਥੇ, ਕੋਈ 10:15 ਦਾ ਟਾਈਮ ਹੈ, ਤਾਂ ਮੈਨੂੰ ਕਹਿੰਦੀ ਕਿੱਥੇ ਆ? ਮੈਂ ਕਿਹਾ ਮੈਂ ਦਰਬਾਰ ਆ, ਅਤੇ ਕਹਿੰਦੀ ਵੀ ਤੂੰ, ਮੈਂ ਇੱਦਾਂ ਵਿਧੀਪੁਰ ਦੇ ਕੋਲ ਆ, ਮੈਂ ਕਾਰ ਲਗਾ ਕੇ ਖੜ੍ਹੀ ਹਾਂ, ਦਿਮਾਗ ਤੋਂ ਉੱਦਾਂ ਹੀ ਹਿੱਲਿਆ ਹੋਇਆ ਵੀ ਤੂੰ ਆ ਜਾ, ਇਹਦੀ ਆਦਤ ਜਿੱਦਾਂ ਦੀ ਉੱਦਾਂ ਹੀ ਉਹਨੇ ਬੋਲਿਆ, ਅਤੇ ਮੈਂ ਅੱਗੇ ਵੀ 2 ਵਾਰ ਇੱਦਾਂ ਹੋ ਚੁੱਕਾ, ਅਤੇ ਮੈਂ ਚਲਾ ਗਿਆ ਭਾਅ ਜੀ ਇੱਥੋਂ। ਮੈਂ ਕਹੀ ਵੀ ਜਾ ਰਿਹਾ ਕਿ ਤੁਸੀਂ ਲਵਲੀ ਕੋ ਆ ਜਾਓ ਜਾਂ ਲੱਕੀ ਕੋ ਆ ਜਾਓ, ਮੈਂ ਇੱਧਰੋਂ ਆ ਜਾਂਦਾ, ਮੈਂ ਬਾਪੂ ਲਾਲ ਬਾਦਸ਼ਾਹੀ ਦਾ ਮੇਲਾ ਦੇਖਣ ਜਾਣਾ। ਗੱਲ ਹੋਰ ਕੁਨਾਲ ਆਪਾਂ ਕਲੀਅਰ ਕਰ ਲਈਏ ਕਿ ਪਹਿਲਾਂ ਵੀ ਜੋਤੀ ਦੀ ਤੁਹਾਨੂੰ ਕਾਲ ਆਉਂਦੀ ਰਹਿੰਦੀ ਆ ਜਾਂ ਫਿਰ ਤੁਹਾਨੂੰ ਲਾਸਟ ਨਾਈਟ ਆਈ? ਨਹੀਂ ਭਾਅ ਜੀ, ਇਹ ਸਾਰਾ ਕੁਛ ਮਤਲਬ ਨਾ ਜੋਤੀ ਜੀ ਜਿਹੜੇ ਆ ਨਾ, ਕਿ ਇਹ 2 ਪਹਿਲੂਆਂ ਦੇ ਵਿੱਚ ਤੁਰੇ ਹੋਏ ਨੇ, ਔਰ ਇੰਨਾ ਕੁ ਜ਼ਿਆਦਾ ਰਿਸ਼ਤਿਆਂ ਨੂੰ ਉਸ ਰੂਹ ਨੇ ਪਾਗਲ ਬਣਾਇਆ ਵਾ, ਔਰ ਜਿਹੜਾ ਅੱਜ ਵੀ ਆ ਨਾ ਨਾਲ, ਉਹ ਇੱਕ ਟਾਈਮ ਤੁਸੀਂ ਦੇਖੋਗੇ ਕਿ ਉਹ ਸੋਚਦਾ ਰਹਿ ਜਾਏਗਾ ਕਿ ਯਾਰ ਇਹ ਹੋਇਆ ਕੀ ਹੈ, ਕਿਉਂਕਿ ਜੋਤੀ ਜੀ ਨੂੰ ਕਿਸੇ ਰਿਲੇਸ਼ਨ ਨਾਲ ਮਤਲਬ ਨਹੀਂ ਆ, ਉਹਨਾਂ ਨੂੰ ਕੋਈ ਰਿਸ਼ਤੇ ਦਾ ਕੋਈ ਹੈ ਹੀ ਨਹੀਂ ਗਾ। ਕਿਹੜੀ ਚੀਜ਼ ਨਾਲ ਮਤਲਬ ਹੈ ਫਿਰ? ਭਾਅ ਜੀ ਇੱਕੋ ਹੀ ਚੀਜ਼ ਆ, ਤੁਹਾਡੇ ਸਾਹਮਣੇ ਦਿਖਦੀ ਪਈ ਆ, ਜੇ ਅੱਜ ਉਦੋਂ ਵੀ ਸ਼ੋਹਰਤ ਜਦੋਂ ਜਦੋਂ ਆਈ ਆ, ਉਦੋਂ ਵੀ ਸ਼ੋਹਰਤ ਉਹਨਾਂ ਨੂੰ ਬਚੀ ਨਹੀਂ ਆ, ਉਹਨਾਂ ਨੂੰ ਲੱਗਾ ਮੈਂ ਇਕੱਲੇ ਹੀ ਇੱਥੇ ਤੱਕ ਪਹੁੰਚੇ ਹਾਂ, ਜਦਕਿ ਭਾਅ ਜੀ ਇਹਦੇ ਮਗਰ ਬਹੁਤ ਬਹੁਤ ਜਾਣਿਆਂ ਦਾ ਹੱਥ ਹੁੰਦਾ ਕਾਮਯਾਬੀ ਦੇ ਮਗਰ, ਕੋਈ ਇਕੱਲਾ ਕਾਮਯਾਬ ਅੱਜ ਤੱਕ ਨਹੀਂ ਹੋ ਸਕਿਆ ਭਾਅ ਜੀ, ਹੈ ਨਾ। ਔਰ ਜੋਤੀ ਜੀ ਮੈਰਿਜ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਜੋ ਵੀ ਮੈਂ ਕੀਤਾ ਜਾਂ ਜੋ ਵੀ ਜਿੱਦਾਂ ਵੀ ਆ, ਪਰ ਮੈਂ ਜਿੰਨਾ ਜ਼ੋਰ ਲਾ ਸਕਦਾ ਸੀ ਭਾਅ ਜੀ ਮੈਨੇਜਮੈਂਟ ਕਰਕੇ ਇੱਥੇ ਤੱਕ ਮੈਂ ਲੈ ਕੇ ਆਇਆ, ਪਰ ਉਹਨਾਂ ਨੇ ਮੇਰੀ ਮੈਨੇਜਮੈਂਟ ਤਾਂ ਛੱਡੋ, ਉਹਨਾਂ ਨੇ ਤਾਂ ਆਪਣੇ ਸਿਖਾਇਆ ਹੋਇਆਂ ਦਾ ਵੀ ਨਹੀਂ ਮੁੱਲ ਪਾਇਆ, ਮੇਰਾ ਤਾਂ ਕੀ ਪਾਉਣਾ ਹੈ ਭਾਅ ਜੀ। 10:15 ਕਾਲ ਆ ਜਾਂਦੀ ਆ ਕਿ ਜਲੰਧਰ ਚੌਂਕ ਦੇ ਵਿੱਚ ਆ, ਮੈਨੂੰ ਤੁਹਾਡੀ ਲੋੜ ਆ, ਤੁਸੀਂ ਆ ਜਾਓ। ਉਹ ਤੋਂ ਬਾਅਦ
ਫਿਰ ਭਾਅ ਜੀ ਮੈਂ ਵਿਧੀਪੁਰ ਜਦੋਂ ਇਹਨਾਂ ਨੇ ਮੈਨੂੰ ਕਿਹਾ ਵਿਧੀਪੁਰ ਅਤੇ ਮੈਂ ਵਿਧੀਪੁਰ ਦੇ ਕੋਲ ਪਹੁੰਚਦਾ, ਮੈਂ ਉਸ ਤੋਂ ਪਹਿਲਾਂ ਵੀ ਦੋ ਟੈਕਸਟ ਕਰਦਾ, ਜੋਤੀ ਮੈਨੂੰ ਕੋਈ ਸਾਜਿਸ਼ ਤਾਂ ਨਹੀਂ ਤੁਹਾਡੀ, ਕਿਉਂਕਿ ਤੁਸੀਂ 3 ਦਿਨ ਪਹਿਲਾਂ ਵੀ ਇੱਕ ਗਰੀਬ ਨੂੰ ਕੁੱਟ ਕੇ ਕਿ ਪਤਾ ਨਹੀਂ ਉਹ ਚੋਰ ਸੀ ਕਿ ਨਹੀਂ ਸੀ, ਤੋ ਕੋਈ ਚੋਰ ਭਾਅ ਜੀ ਦੋ ਫੋਰਚੂਨਰ ਗੱਡੀਆਂ 'ਚ ਕਿਉਂ ਹਮਲਾ ਕਰੂਗਾ ਜਾ ਕੇ, ਤੁਸੀਂ ਅੰਡਰਸਟੈਂਡ ਕਰਦੇ ਹੋ ਭਾਅ ਜੀ? ਯਾਰ ਇੱਕ ਬੰਦੇ ਮੋਟਰਸਾਈਕਲ 'ਤੇ ਜਾ ਰਹੇ ਹੋ, ਦੋ ਫੋਰਚੂਨਰਾਂ ਨੂੰ ਕਿੱਦਾਂ ਕਵਰ ਕਰੂਗੇ? ਇਹ ਭਾਅ ਜੀ ਖੁਦ ਹੀ ਪਲੈਨ ਕਰਦੇ ਰਹਿੰਦੇ ਨੇ, ਕਦੀ ਸਿਕਿਉਰਿਟੀ ਦੇ ਮੁਤਾਬਕ ਲੈ ਕੇ, ਕਦੀ ਕਿਸੇ ਚੀਜ਼ ਦਾ। ਹੁਣ ਰਾਤੀ ਵੀ ਭਾਅ ਜੀ ਸਾਰਾ ਕੁਛ ਪ੍ਰੀ ਪਲੈਨ ਸੀ। ਜਦੋਂ ਮੈਂ ਵਿਧੀਪੁਰ ਪਹੁੰਚਦਾ ਹਾਂ, ਵਿਧੀਪੁਰ ਮੈਂ ਕੀ ਦੇਖਦਾ ਕਿ ਇਹ ਇਕੱਲੀ ਨਹੀਂ ਹੈ, ਇਹਦੀਆਂ ਦੋਨੋਂ ਫੋਰਚੂਨਰ ਗੱਡੀਆਂ ਖੜੀਆਂ ਨੇ। ਔਰ ਕਿਲੋ ਡੇਢ ਕਿਲੋਮੀਟਰ ਤੋਂ ਪਹਿਲਾਂ ਹੀ ਨਾ ਭਾਅ ਜੀ ਰਾਈਟ ਹੈਂਡ ਸਾਈਡ ਤੋਂ ਯੂ ਟਰਨ ਲੈਂਦੇ ਆਪਾਂ ਫਲਾਈਓਵਰ ਦੇ ਥੱਲਿਓਂ, ਮੈਂ ਉੱਥੋਂ ਹੀ ਕਾਰ ਵਾਪਸ ਲੈਣ ਲੱਗਾ ਅਤੇ ਭਾਅ ਜੀ ਉੱਥੇ ਵੀ ਇਹਨਾਂ ਦੀ ਇੱਕ I-20 ਕਾਰ ਖੜੀ, ਜਿਹਦੇ ਵਿੱਚ ਚਾਰ ਬੰਦੇ, ਉੱਥੇ ਚਾਰ ਬੰਦੇ ਖੜੇ ਨੇ ਕਿ ਇਹ ਇੱਥੋਂ ਮੁੜ ਨਾ ਜਾਵੇ। ਇਹਨਾਂ ਨੇ ਆਲਰੇਡੀ ਉੱਥੇ ਖੜੇ ਕੀਤੇ ਹੋਏ ਸੀਗੇ। ਉਹਨਾਂ ਨੇ ਫਿਰ ਭਾਅ ਜੀ ਆ ਮੇਰਾ ਨਾ, ਮੈਂ ਜਦੋਂ ਮਾੜਾ ਸ਼ੀਸ਼ਾ ਖੋਲਿਆ ਵੀ ਪੁਲਿਸ ਆ ਸ਼ਾਇਦ, ਪਰ ਜਦੋਂ ਮੈਂ ਸ਼ੀਸ਼ ਕਿਉਂਕਿ ਬਲੈਕ ਡਰੈਸਿਸ ਪਾ ਕੇ ਰੱਖਦੇ ਨੇ ਆਪਣੇ ਵੱਲੋਂ, ਕਮਾਂਡ ਨਕਲੀ ਬੰਦਿਆਂ ਨੂੰ ਵੀ ਕਮਾਂਡੋ ਬਣਾ ਕੇ ਰੱਖਦੇ ਨੇ, ਹੈ ਨਾ, ਤਾਂ ਕਈ ਵਾਰ ਤਾਂ ਇਹਨਾਂ ਨੇ ਫਲੈਗ ਵੀ ਲਗਾਇਆ ਹੁੰਦਾ ਆਪਣੇ ਬੰਦਿਆਂ ਦੇ। ਮੈਂ ਕੁਛ ਸ਼ੋਜ਼ ਦੀ ਵੀ ਤੁਹਾਨੂੰ ਦੇ ਸਕਦਾ ਸਕਰੀਨਸ਼ੋਟ, ਜਿਨ੍ਹਾਂ 'ਚ ਇਹਨਾਂ ਦੇ ਬੰਦਿਆਂ ਨੇ ਫਲੈਗ ਵੀ ਲਗਾਇਆ ਹੋਇਆ, ਪ੍ਰਾਈਵੇਟ ਬੰਦੇ ਨੇ ਔਰ ਫਲੈਗ ਲਗਾਉਂਦੇ ਨੇ ਪ੍ਰੋਪਰ ਪੁਲਿਸ ਦੀ ਤਰ੍ਹਾਂ। ਅਤੇ ਉਹ ਭਾਅ ਜੀ ਉੱਥੋਂ ਜਦੋਂ ਨਾ ਮੈਂ ਵਾਪਸ ਇੱਦਾਂ, ਉਹਨਾਂ ਨੇ ਮੇਰਾ ਕੜਾ ਜਦੋਂ ਇੱਦਾਂ ਖਿੱਚ ਲਿਆ ਆ ਅਤੇ ਸ਼ੀਸ਼ਾ ਅਜੇ ਥੋੜ੍ਹਾ ਡਾਊਨ, ਮੈਂ ਉੱਥੋਂ ਕਾਰ ਨਠਾਈ, ਫਿਰ ਉੱਥੋਂ ਜਦੋਂ ਮੈਂ ਕਾਰ ਭਜਾਈ ਵਿਧੀਪੁਰ ਵਾਲੇ ਫਲਾਈਓਵਰ ਤੋਂ ਲੈ ਕੇ ਭਾਅ ਜੀ, ਮਤਲਬ ਉਹ ਮੈਨੂੰ ਲੱਗਦਾ 14-15 ਕਿਲੋਮੀਟਰ ਦਾ ਰਨ ਹੈ ਜਿਹੜਾ ਰਾਮਾ ਮੰਡੀ ਦੇ ਫਲਾਈਓਵਰ ਤੱਕ ਹੈ। ਤਾਂ ਉਹ ਭਾਅ ਜੀ ਦੇਖ ਲਓ ਉੱਥੋਂ ਕਿੰਨੇ ਕੈਮਰਾਜ਼ ਨੇ, ਉੱਥੋਂ ਕਿੰਨੀ ਚੀਜ਼ਾਂ ਹੋਣਗੀਆਂ। ਮੈਨੂੰ ਸਮਝ ਨਹੀਂ ਆ ਰਹੀ ਭਾਅ ਜੀ ਕਿ ਪੁਲਿਸ ਨੇ, ਚ ਮੈਂ ਮਾਨਯੋਗ ਸਾਡੇ CM ਸਾਹਿਬ ਨੇ, ਭਗਵੰਤ ਮਾਨ ਸਾਹਿਬ ਨੇ, ਰਿਸਪੈਕਟਿਡ ਪੁਲਿਸ ਕਮਿਸ਼ਨਰ ਸਾਹਿਬ ਸਵਪਨ ਸ਼ਰਮਾ ਜੀ ਨੇ, ਤਾਂ ਮੈਂ ਉਮੀਦ ਕਰਦਾ ਕਿ ਸਰ ਪਲੀਜ਼ ਇਸ ਚੀਜ਼ਾਂ ਦੀ ਇਨਕੁਆਇਰੀ ਕੀਤੀ ਜਾਏ ਕਿ ਉੱਥੋਂ ਜਿਹੜੀ ਉਸ ਡੰਪ ਤੋਂ ਲੋਕੇਸ਼ਨ ਚੱਕੀਆਂ ਜਾਣ, ਕਿਉਂਕਿ ਮੈਂ ਭਾਅ ਜੀ ਜੋਤੀ ਜੀ ਨੂੰ ਮਿਲਿਆ ਵੀ ਨਹੀਂ ਆ। ਸਭ ਝੂਠ ਔਰ ਪ੍ਰੀ ਪਲੈਨਡ ਸਾਰੀਆਂ ਚੀਜ਼ਾਂ, ਕਿਉਂਕਿ ਮੇਰਾ ਕੇਸ ਜਿਹੜਾ ਨਾ ਕੋਰਟ ਦੇ ਵਿੱਚ ਲੱਗਾ ਹੋਇਆ ਮੈਰਿਜ ਦਾ, ਪਹਿਲੀ ਗੱਲ ਤਾਂ ਭਾਅ ਜੀ ਹਜੇ ਕੋਰਟ ਨੇ ਹੀ ਕਲੀਅਰ ਨਹੀਂ ਕੀਤਾ ਕਿ ਤੁਸੀਂ ਡਿਵੋਰਸ ਹੋ ਚੁੱਕਾ ਤੁਹਾਡਾ, ਤਾਂ ਤੁਸੀਂ ਕਿਸੇ ਤੀਜੇ ਬੰਦੇ ਨੂੰ ਆਪਣਾ ਹਸਬੈਂਡ ਕਹੋ। ਤੁਸੀਂ ਵੀਡੀਓ 'ਚ ਕਹਿ ਰਹੇ ਨਾ ਕਿ ਮੈਂ ਆਪਣੇ ਹਸਬੈਂਡ ਨੂੰ ਕਾਲ ਕਰਕੇ ਬੁਲਾਇਆ, ਭਾਅ ਜੀ ਮੈਂ ਪੁਲਿਸ ਨੂੰ ਕੱਲ੍ਹ ਰਾਤ ਦਾ ਕਲਪੀ ਜਾਂਦਾ, ਤੜਪੀ ਜਾਂਦਾ ਵੀ ਸਾਡੀਆਂ ਕਾਲ ਡਿਟੇਲਸ ਸਾਰਿਆਂ ਦਾ ਉਸ ਡੰਪ ਦੇ ਉੱਤੋਂ ਡਾਟਾ ਕਵਰ ਕਰਵਾਓ, ਚੈੱਕ ਕਰੋ ਜੋਤੀ ਜਿਹੜੇ ਜੋ ਝੂਠ ਬੋਲ ਰਹੀ ਆ ਕਿ ਮੈਂ ਆਪਣੇ ਹਸਬੈਂਡ ਨੂੰ ਕਾਲ ਕਰਕੇ ਬੁਲਾਇਆ, ਇਹ ਸਾਰੇ ਇਕੱਠੇ ਸੀ। ਨਾਲੇ ਉੱਥੋਂ ਚੈੱਕ ਕਰੋ ਕਿੰਨੇ ਬੰਦਿਆਂ ਦੀ ਲੋਕੇਸ਼ਨਸ ਆ ਰਹੀਆਂ ਨੇ, ਕਿਉਂਕਿ ਉੱਥੇ ਹਨੇਰੇ ਦੇ ਵਿੱਚ ਕਿੰਨੇ ਬੰਦੇ ਜਿਨ੍ਹਾਂ ਦੇ ਮੋਬਾਈਲ ਐਕਟਿਵ ਸੀ ਉਹ ਸਾਰੇ ਹਮਲਾ ਕਰਨ ਲਈ ਖੜੇ ਸੀ ਭਾਅ ਜੀ ਮੇਰੇ ਨਾਲ, ਔਰ ਸਭ ਕੁਝ ਪ੍ਰੀ ਪਲੈਨਡ ਸੀ ਭਾਅ ਜੀ।